ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸ ਕਰਦੇ ਹਾਂ ਜੀ ਸਾਰੇ ਠੀਕ ਠਾਕ ਹੋਵੋਗੇ। ਅੱਜ ਅਸੀਂ ਵਾਰ ਦੀ ਦੂਸਰੀ ਪੌੜੀ ਵਿਚਾਰਨੀ ਹੈ। ਪਿਛਲੀ ਵਾਰੀ ਅਸੀਂ ਬੇਸਿਕ ਇੰਟਰੋਡਕਸ਼ਨ ਵਾਰ ਦੇ ਬਾਰੇ, ਉਹਦੀ ਹੈਡਿੰਗ ਦੇ ਬਾਰੇ ਅਤੇ ਪਹਿਲੀ ਪੌੜੀ ਦੀ ਵਿਚਾਰ ਸੰਗਤਾਂ ਅੱਗੇ ਰੱਖੀ ਸੀ। ਦੋ ਤਿੰਨ ਜਿਹੜੇ ਸਵਾਲ ਕਹਿ ਲਓ ਜਾਂ ਵਿਚਾਰ ਸੰਗਤਾਂ ਨੇ ਰੱਖੇ ਸੀਗੇ, ਸੋ ਆਪਾਂ ਪਹਿਲਾਂ ਉਹਨਾਂ ਦਾ ਆਪਾਂ ਨਿਵਿਰਤੀ ਕਰਦੇ ਹਾਂ। ਇੱਕ ਤਾਂ ਦੇਖੋ ਵਾਰ ਦਾ ਰਹਾਉ ਹੈ, ਜਿੱਦਾਂ ਸੁਖਮਨੀ ਗੌੜੀ ਸੁਖਮਨੀ ਬਾਣੀ ਆ, ਉਹਦਾ ਰਹਾਉ ਹੈ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ। ਔਰ ਇਸੇ ਰਹਾਉ ਦੇ ਇਰਦ ਗਿਰਦ ਪਰਿਕਰਮਾ ਕਰਦਾ ਹੋਇਆ ਸਾਰਾ ਗੌੜੀ ਸੁਖਮਨੀ ਦਾ ਗਿਆਨ ਚੱਲਦਾ ਹੈ। ਇਸੇ ਤਰ੍ਹਾਂ ਵਾਰ ਦਾ ਵੀ ਰਹਾਉ ਹੈ। ਆਪਾਂ ਸ਼ਾਮ ਨੂੰ ਉਹ ਸਲੋਕ ਪੜ੍ਹਦੇ ਹਾਂ ਜਦੋਂ ਆਪਾਂ ਸੋਦਰ ਦੀ ਆਰੰਭਤਾ ਕਰਦੇ ਹਾਂ। ਮੈਂ ਪੂਰਾ ਸਲੋਕ ਪੜ੍ਹਦਾ ਔਰ ਫਿਰ ਉਹਦੀ ਰਹਾਉ ਦੀ ਤੁਕ ਦੀ ਆਪਾਂ ਥੋੜ੍ਹੀ ਜਿਹੀ ਵਿਚਾਰ ਕਰਾਂਗੇ। ਸਲੋਕ ਮਹੱਲਾ ਪਹਿਲਾ। ਦੁੱਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾਹੋਂ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ, ਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਹਿਆ। ਸੋ ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ। ਇਹ ਹੈ ਵਾਰ ਦਾ ਰਹਾਉ। ਜਦੋਂ ਰਹਾਉ ਤੋਂ ਜਿਹੜਾ ਪਹਿਲਾ ਨੰਬਰ ਹੁੰਦਾ, ਆਪਾਂ ਸ਼ਬਦਾਂ ਚ ਵੀ ਇਹੀ ਪ੍ਰਣਾਲੀ ਦੇ ਨਾਲ ਖੋਜ ਕਰਦੇ ਆ ਰਹੇ ਹਾਂ। ਆਪਾਂ ਪਹਿਲਾ ਜਿਹੜਾ ਅੰਕ ਹੈ ਉਹ ਵਿਚਾਰ ਲਿਆ, ਪਹਿਲੀ ਪੌੜੀ ਜਿਹੜੀ ਹੈ ਵਾਰ ਦੀ ਉਹ ਵਿਚਾਰ ਲਈ ਹੈ। ਸਕਰੀਨ ਤੇ ਸਾਰੇ ਆਪਾਂ ਦਰਸ਼ਨ ਕਰ ਸਕਦੇ ਹਾਂ। ਸਲੋਕ ਮਹੱਲਾ ਪਹਿਲਾ। ਬਲਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ, ਜਿਨ ਮਾਨਸ ਤੇ ਦੇਵ ਤੇ ਕੀ ਹੈ ਕਰਤ ਨਾ ਲਾਗੀ ਵਾਰ। ਸੋ ਇੱਥੇ ਰਹਾਉ ਹੈ ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਹੁਣ ਇਹ ਅੱਗੇ ਜਾ ਕੇ ਆਪਾਂ ਇਹਨੂੰ ਡੀਟੇਲ ਦੇ ਵਿੱਚ ਇਹਦੀ ਵਿਚਾਰ ਕਰਾਂਗੇ। ਇਹਨਾਂ ਨੇ ਅਰਥ ਕੀਤੇ ਨੇ ਬਲਿਹਾਰੀ ਕੁਦਰਤ ਵਸਿਆ, ਹੇ ਕੁਦਰਤ ਵਿੱਚ ਵਸ ਰਹੇ ਕਰਤਾਰ, ਮੈਂ ਤੇਥੋਂ ਸਦਕੇ ਹਾਂ। ਹੇ ਕੁਦਰਤ ਵਿੱਚ ਵਸ ਰਹੇ ਕਰਤਾਰ, ਮੈਂ ਤੇਥੋਂ ਸਦਕੇ ਹਾਂ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਮੈਂ ਸਕਰੀਨ ਤੇ ਉਤੁਕ ਕੱਢਣ ਲੱਗਾ। ਸੋ ਇਹ ਤਿੰਨ ਅੱਖਰ ਨੇ, ਬਲਿਹਾਰੀ ਕੁਦਰਤ ਵਸਿਆ। ਆਪਾਂ ਜਿਉਂ ਜਿਉਂ ਡੀਟੇਲ ਦੇ ਵਿੱਚ ਸਾਰੀ ਵਾਰ ਵਿਚਾਰਦੇ ਜਾਵਾਂਗੇ, ਪੌੜੀਆਂ ਵਿਚਾਰਦੇ ਜਾਵਾਂਗੇ, ਤਿਉਂ ਤਿਉਂ ਸਾਨੂੰ ਇਸ ਰਹੱਸ ਦਾ ਪਤਾ ਲੱਗਦਾ ਜਾਊ। ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਅਸੀਂ ਬੇਨਤੀ ਕੀਤੀ ਸੀ ਕਿ ਇਹ ਬਲ ਹਾਰਨਾ ਕੋਈ ਏਦਾਂ ਨਹੀਂ ਵੀ ਵਾਰੀ ਜਾਣਾ ਜਾਂ ਘੁੰਮ ਘੁੰਮ ਜਾਣਾ ਜਾਂ ਕੁਰਬਾਨ ਜਾਣਾ। ਇਹ ਆਪਣਾ ਬਲ ਉਸ ਕਰਤਾਰ ਦੇ ਅੱਗੇ ਹਾਰਨਾ ਵੀ ਮੇਰੀ ਕੋਈ ਤਾਕਤ ਨਹੀਂ ਹੈ, ਆਪਣਾ ਬਲ ਕੰਪਲੀਟ ਸਰੈਂਡਰ ਜਿਹਨੂੰ ਕਹਿੰਦੇ ਆ। ਜਦੋਂ ਬੰਦਾ ਆਪਣੀਆਂ
ਸਾਰੀਆਂ ਸਿਆਣਪਾਂ ਚਤੁਰਾਈਆਂ ਛੱਡ ਕੇ ਪ੍ਰਭੂ ਅੱਗੇ ਸਮਰਪਣ ਹੋ ਕੇ ਬੰਦਗੀ ਕਰਦਾ ਹੈ, ਉਹਨੂੰ ਕਹਿੰਦੇ ਆ ਬਲਹਾਰੀ ਜਾਣਾ। ਬਲ ਹਾਰ ਕੇ ਜਦੋਂ ਬੰਦਾ ਆਪਣੀਆਂ ਸਾਰੀਆਂ ਸਿਆਣਪਾਂ ਚਤੁਰਾਈਆਂ ਛੱਡ ਕੇ ਪ੍ਰਭੂ ਅੱਗੇ ਸਮਰਪਣ ਹੋ ਕੇ ਬੰਦਗੀ ਕਰਦਾ ਹੈ ਤਾਂ ਗੁਰਪ੍ਰਸਾਦ ਦੇ ਨਾਲ ਅੰਤਰਮੁਖੀ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ। ਬਲਿਹਾਰੀ ਕੁਦਰਤ ਤੇ ਵਸਿਆ, ਤੇਰਾ ਅੰਤ ਨਾ ਜਾਈ ਲਖਿਆ, ਪਰ ਫਿਰ ਵੀ ਪ੍ਰਭੂ ਦੀ ਵਿਸ਼ਾਲਤਾ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਇਹ ਸ਼ੁਰੂ ਤੋਂ ਅਸੀਂ ਪ੍ਰਭੂ ਦੀ ਵਿਸ਼ਾਲਤਾ ਬਾਰੇ, ਭਾਵੇਂ ਉਹ ਜਪ ਬਾਣੀ ਹੋਵੇ ਜਾਂ ਉਹ ਸਿੱਧ ਗੋਸ਼ਟ ਹੋਵੇ, ਅਸੀਂ ਇਹੀ ਖੋਜ ਕਰਦੇ ਆਏ ਹਾਂ ਕਿ ਪ੍ਰਭੂ ਦੀ ਵਿਸ਼ਾਲਤਾ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਹੁਣ ਇਹ ਸਿਰਫ ਸਦਕੇ ਨਹੀਂ ਹੈ, ਬਲਿਹਾਰੀ ਕੁਦਰਤ ਵਸਿਆ, ਵੀ ਮੈਂ ਤੇਥੋਂ ਸਦਕੇ ਹਾਂ, ਕੁਦਰਤ ਵਿੱਚ ਵਸਰੇ ਕਰਤਾਰ। ਇਹ ਸਾਰਾ ਜਿਹੜਾ ਧੁਰਾ ਇਹਦਾ ਬੰਦਗੀ ਦੇ ਨਾਲ ਹੈ, ਭਗਤੀ ਦੇ ਨਾਲ ਹੈ, ਸ਼ਬਦ ਦੇ ਅਭਿਆਸ ਦੇ ਨਾਲ ਹੈ। ਬਲ ਹਾਰ ਕੇ, ਚਤੁਰਾਈਆਂ ਸਿਆਣਪਾਂ ਛੱਡ ਕੇ, ਅਕਾਲ ਪੁਰਖ ਅੱਗੇ ਸਮਰਪਣ ਕਰਕੇ ਬੰਦਗੀ ਕਰਨੀ, ਤਾਂ ਗੁਰਪ੍ਰਸਾਦ ਦੇ ਜ਼ਰੀਏ ਉਹ ਕਰਤੇ ਪੁਰਖ ਦੇ ਨਾਮ ਦਾ ਵਾਸਾ, ਪ੍ਰਕਾਸ਼ ਵਾਸਾ ਤੇ ਹੈ ਹੀ ਹੈ ਸਾਡੇ ਅੰਦਰ, ਉਹ ਪ੍ਰਗਟ ਹੋ ਜਾਂਦਾ, ਕੁਦਰਤ ਤੇ ਵਸਿਆ। ਉਸ ਅਕਾਲ ਪੁਰਖ ਨੇ ਸਾਡੇ ਅੰਦਰ ਨਾਮ ਪ੍ਰਕਾਸ਼ ਨੇ ਅੰਤਰਮੁਖੀ ਪ੍ਰਗਟ ਹੋ ਜਾਣਾ, ਪਰ ਉਹ ਪ੍ਰਗਟ ਹੋਣ ਦੇ ਬਾਵਜੂਦ ਵੀ ਉਸ ਕਰਤੇ ਪੁਰਖ ਦੀ ਵਿਸ਼ਾਲਤਾ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਇੱਕ ਮਿੰਟ, ਥੋੜੀ ਜੀ ਸਿਆਣਪ ਵਰਤੋਂ, ਮੈਂ ਬਹੁਤ ਵਾਰੀ ਰਿਪੀਟ ਕੀਤਾ, ਚੰਗਾ ਨਹੀਂ ਲੱਗਦਾ। ਕੋਈ ਆਪਣੇ ਆਪ ਨੂੰ ਮਾਈਕ ਜਿਹੜਾ ਖੋਲ ਕੇ ਬੈਠਾ ਹੈ, ਆਵਾਜ਼ ਆਈ ਜਾਂਦੀ ਹੈ, ਉਹ ਵੈਸੇ ਵੀ ਚੰਗਾ ਨਹੀਂ ਲੱਗਦਾ, ਔਰ ਫਿਰ ਵਿੱਚ ਬਾਦਰੇਸ਼ਨ ਔਰ ਡਿਸਟਰਬੈਂਸ ਵੀ ਹੁੰਦੀ ਹੈ। ਸੋ ਆਪਣੇ ਆਪ ਨੂੰ ਮਿਊਟ ਰੱਖੋ ਪਲੀਜ਼, ਹੱਥ ਜੋੜ ਕੇ ਬੇਨਤੀ ਹੈ। ਸੋ ਇਹ ਹੋ ਗਿਆ ਵਾਰ ਦਾ ਰਹਾਓ। ਅੱਛਾ, ਦੂਸਰਾ ਜਿਹੜਾ ਆਇਆ ਸੀਗਾ ਸ਼ੰਕਾ ਸਾਹਮਣੇ, ਉਹ ਸੀ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ। ਇਹ ਸੀ ਵੀ ਇਹ ਜਿਹੜੇ ਮੀਨਿੰਗ ਕੀਤੇ ਹੈ, ਭਾਵੇਂ ਭਾਈ ਸਾਹਿਬ ਸਿੰਘ ਜੀ ਨੇ ਕੀਤੇ ਹੈ, ਵੀ ਇਹ ਤੇ ਬਹੁਤ ਵੱਡੇ ਵਿਆਖਿਆਕਾਰ ਨੇ, ਔਰ ਉਹ ਕਿੱਦਾਂ ਗਲਤ ਕਰ ਸਕਦੇ ਆ। ਦੇਖੋ, ਟਪਲਾ ਕੋਈ ਵੀ ਖਾ ਸਕਦਾ, ਮਿਸਟੇਕ ਕਿਸੇ ਤੋਂ ਵੀ ਹੋ ਸਕਦੀ ਹੈ, ਅੱਖਰੀ ਅਰਥ ਉਹਨਾਂ ਦੇ ਹਿਸਾਬ ਨਾਲ ਠੀਕ ਨੇ। ਮੈਂ ਆਪਣੇ ਗੁਰੂ ਤੋਂ ਇੱਕ ਦਿਨ ਵਿੱਚ 100 ਵਾਰੀ ਸਦਕੇ ਹੁੰਦਾ, ਦਿਉਹਾੜੀ। ਅੱਛਾ, ਕੋਈ ਐਸਾ ਸੱਜਣ ਬੈਠਾ ਦੇਖੋ ਜਿਹੜਾ ਆਪਣੇ ਆਪ ਨੂੰ ਮਿਊਟ ਵੀ ਨਹੀਂ ਕਰ ਰਿਹਾ, ਔਰ ਬੋਲ ਵੀ ਰਿਹਾ, ਔਰ ਮੇਰੀ ਆਵਾਜ਼ ਵੀ ਨਹੀਂ ਸੁਣ ਰਿਹਾ। ਜੀ ਇੰਦਰਪਾਲ ਸਿੰਘ ਜੀ, ਪਲੀਜ਼ ਆਪਣੇ ਆਪ ਨੂੰ ਮਿਊਟ ਰੱਖੋ ਤੁਸੀਂ। ਹਾਂਜੀ, ਥੈਂਕ ਯੂ। ਅੱਛਾ, ਦਿਉਹਾੜੀ, ਦਿਹਾੜੀ ਚ 100 ਵਾਰੀ। ਹੁਣ ਸਵਾਲ ਇਹ ਹੈ ਵੀ ਸਾਰੀ ਗੁਰਬਾਣੀ ਦੇ ਵਿੱਚ ਜਿੱਥੇ ਵੀ ਕਿਤੇ ਕਿਹਾ ਗਿਆ ਉਹ ਹੈ ਦਿਨ ਰਾਤੀ, ਦਿਨ ਰਾਤੀ ਅਰਾਧੋ ਪਿਆਰੋ ਨਿਮਖ ਨਾ ਕੀਜੇ ਢੀਲਾ, ਜਾਂ ਅੱਠੋ ਪਹਿਰ ਕਿਹਾ ਗਿਆ ਵੀ ਅੱਠੋ ਪਹਿਰ ਨਾਮ ਦਾ ਜਾਪ ਕਰਨਾ ਜਾਂ ਦਿਨ ਰਾਤੀ, ਕਿਤੇ ਖੋਲ ਕੇ ਦੇਖ ਲਓ ਸਾਰੀ ਗੁਰਬਾਣੀ। ਸੋ ਇਹ ਦਿਹਾੜੀ ਨਹੀਂ ਹੈ, ਦਿਉਹਾੜੀ ਹੈ। ਤਰਲਾ ਪਾ ਕੇ, ਮਿੰਨਤਾਂ ਕਰਕੇ, ਹਾੜਾ ਕੱਢ ਕੇ,
ਉਹਦੇ ਅੱਗੇ ਨਾਮ ਜਪਣਾ। ਸੋ ਬਲ ਹਾਰਨਾ, ਆਪਣੀ ਤਾਕਤ ਪੂਰੀ ਤਰ੍ਹਾਂ ਸਮਰਪਣ, ਔਰ ਦਿਓਹਾੜੀ ਇਹ ਦਿਹਾੜੀ ਨਹੀਂ ਹੈ, ਉਹਦੇ ਅੱਗੇ ਬੇਨਤੀ ਰੂਪ ਹੋ ਕੇ ਨਾਮ ਦਾ ਅਭਿਆਸ ਕਰਨਾ, ਬੇਨਤੀ ਰੂਪ ਹੋ ਕੇ। ਤੋ ਇਹ ਦੋ ਜਿਹੜੇ ਸ਼ੰਕੇ ਸੀ ਆਪਾਂ ਅੱਜ ਉਹ ਕੱਢ ਲਏ ਨੇ। ਇਸੇ ਤਰ੍ਹਾਂ ਆਪ ਜੀ ਨੇ ਆਪਣੀ ਵੀ ਖੋਜ ਕਰਨੀ ਹੈ। ਮੈਂ ਕੋਈ ਫਾਈਨਲ ਅਥਾਰਟੀ ਨਹੀਂ ਹਾਂ, ਪਰ ਫਿਰ ਵੀ ਗੁਰੂ ਸਾਹਿਬ ਦਾ ਓਟ ਆਸਰਾ ਤੱਕ ਕੇ ਆਪਾਂ ਗੁਰਬਾਣੀ ਨੂੰ ਗੁਰਬਾਣੀ ਦੇ ਨਾਲ ਹੀ ਖੋਲ ਕੇ ਅੱਗੇ ਚੱਲਦੇ ਹਾਂ। ਆਪਣੀਆਂ ਚਤੁਰਾਈਆਂ, ਚਲਾਕੀਆਂ, ਸਿਆਣਪਾਂ ਛੱਡ ਕੇ, ਬਲ ਹਾਰ ਕੇ, ਬੈਰਾਗ ਵਿੱਚ 100 100 ਵਾਰੀ ਹਾੜੇ ਕੱਢ ਕੇ ਨਾਮ ਦਾ ਜਪਣਾ। ਹੋਰ ਕੋਈ ਕੰਮ ਪ੍ਰਵਾਨ ਨਹੀਂ ਹੈ। ਤੇ ਇਹ ਐਸੀ ਬੰਦਗੀ ਹੈ, ਇਹ ਜਿਹੜੇ ਸਧਾਰਨ ਮਨੁੱਖ ਤੋਂ ਦੇਵਤੇ ਬਣਾ ਦਿੰਦੀ ਹੈ। ਸੋ ਇਹ ਆਪਾਂ ਪਿਛਲੀ ਵਾਰੀ ਗੁਰਮੰਤ ਹੋਣਾ ਨੇ ਕੁਐਸਚਨ ਕੀਤਾ, ਗੁਰਮੰਤ ਕੀ ਨਾਮ ਹੈ ਗਰੇਵਾਲਾ ਉਹਨਾਂ ਦਾ ਲਾਸਟ ਨੇਮ, ਮੈਨੂੰ ਗੁਰਪ੍ਰਤਾਪ ਗੁਰਪ੍ਰਤਾਪ ਉਹਨਾਂ ਨੇ ਇਹ ਕਿਹਾ ਸੀ, ਬਲਹਾਰੀ ਕੁਦਰਤ ਵਸਿਆ, ਆਪਾਂ ਜੋ ਰਹਾਉ ਦੀ ਤੁਕ ਵਿਚਾਰ ਲਈ ਹੈ, ਇਹ ਮੀਨਿੰਗ ਸਾਰੀ ਕਿਤੇ ਇਦਾਂ ਲੱਗਣਾ ਹੈ। ਬਲ ਹਾਰਨਾ, ਕਿਤੇ ਵੀ ਵਾਰੀ ਸਦਕੇ ਜਾਣਾ, ਦਿਨ ਵਿੱਚ 100 ਵਾਰੀ ਤੇ ਰਾਤ ਨੂੰ ਸੌਂ ਜਾਓ, ਇਹ ਕਿਤੇ ਨਹੀਂ ਹੈ ਗੁਰਬਾਣੀ ਦੇ ਵਿੱਚ। ਜੇ ਲੱਭੇ ਤੇ ਜ਼ਰੂਰ ਡਿਸਕਸ ਕਰਿਓ, ਜਿੱਥੇ ਵੀ ਆਉਂਦਾ ਦਿਨ ਰਾਤੀ ਆਉਂਦਾ, ਕੱਲੀ ਦਿਹਾੜੀ ਦਾ ਜ਼ਿਕਰ ਨਹੀਂ ਆਏਗਾ। ਦਿਨ ਰਹਿਣ, ਹਰ ਸਿਮਰੀ ਦਿਨ ਸਭ ਰਹਿਣ। ਸੋ ਇਹ ਦਿਹਾੜੀ ਦਾ ਮਤਲਬ ਦਿਹਾੜੀ ਨਹੀਂ ਹੈ, ਇਹ ਹੈ ਤਰਲੇ ਕਰਨੇ, ਮਿੰਨਤ ਕਰਨੀ, ਜੋਦੜੀ ਕਰਨੀ, ਬੇਨਤੀ ਰੂਪ ਹੋ ਕੇ ਨਾਮ ਜਪਣਾ। ਬਸ ਆਪਾਂ ਅੱਜ ਹੁਣ ਅੱਗੇ ਚੱਲਦੇ ਹਾਂ ਦੂਜੀ ਪੌੜੀ ਤੇ। ਦੂਜੀ ਪੌੜੀ ਦਾ ਗਿਆਨ ਕੀ ਕਹਿੰਦਾ? ਇੱਕ ਮਿੰਟ ਮੈਨੂੰ ਸਾਰਿਆਂ ਨੂੰ ਮਿਊਟ ਹੀ ਕਰ ਲੈਂਦੇ ਹੋ। ਪਰਮਿੰਦਰ ਸਿੰਘ, ਹਾਂਜੀ ਇਹ ਅਨਮਿਊਟ ਨੇ। ਓਕੇ ਜੀ, ਦੂਸਰੀ ਪੌੜੀ ਦਾ ਗਿਆਨ ਇੱਥੋਂ ਸ਼ੁਰੂ ਹੁੰਦਾ ਸਲੋਕਾਂ ਦੇ ਨਾਲ। ਸਲੋਕ ਮਹੱਲਾ ਪਹਿਲਾ, ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ, ਸੱਚਾ ਤੇਰਾ ਅਮਰ, ਸੱਚਾ ਦੀਵਾਨ, ਸੱਚਾ ਤੇਰਾ ਹੁਕਮ, ਸੱਚਾ ਫਰਮਾਨ, ਸੱਚਾ ਤੇਰਾ ਕਰਮ, ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ, ਸੱਚੇ ਤੁਧ ਆਖੇ ਲੱਖ ਕਰੋੜ, ਸੱਚੇ ਸਭ ਤਾਣ, ਸੱਚੇ ਸਭ ਜੋਰ, ਸੱਚੀ ਤੇਰੀ ਸਿਫਤ, ਸੱਚੀ ਸਲਾਹ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ, ਨਾਨਕ ਸੱਚ ਧਿਆਇਨ ਸੱਚ, ਜੋ ਮਰ ਜੰਮੇ ਸੋ ਕੱਚ ਨ ਕੱਚ। ਆਓ ਜੀ ਹੁਣ ਇਹਨੂੰ ਆਪਾਂ ਖੋਜੀਏ। ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਬ੍ਰਹਿਮੰਡ ਅਤੇ ਸਾਰੇ ਖੰਡ ਉਸ ਅਕਾਲ ਪੁਰਖ ਦੇ ਹੀ ਰਚੇ ਹੋਏ ਨੇ। ਸੱਚੇ ਤੇਰੇ ਲੋ, ਸੱਚੇ ਆਕਾਰ, ਲੋਆਂ ਪੁਰੀਆਂ ਤੇ ਦ੍ਰਿਸ਼ਟਮਾਨ ਪਦਾਰਥ ਸਭ ਪ੍ਰਭੂ ਦੀ ਹੀ ਕਿਰਤ ਹੈ। ਸੱਚੇ ਤੇਰੇ ਕਰਨੇ ਸਰਬ ਵਿਚਾਰ, ਹੇ ਵਾਹਿਗੁਰੂ ਜੀ, ਸਾਰੇ ਹੀ ਤੇਰੇ ਗੁਰਪ੍ਰਸਾਦ ਦੇ ਜ਼ਰੀਏ ਹੀ ਬੰਦਗੀ ਵੱਲ ਲੱਗਦੇ ਨੇ। ਸੱਚੇ ਤੇਰੇ ਕਰਨੇ ਸਰਵ ਵਿਚਾਰ,
ਤੋ ਇਹ ਇੱਥੇ ਕਹਿੰਦੇ ਆ ਤੇ ਦੇਖੋ ਅਰਥ ਵੀ ਨਾਲ ਨਾਲ ਆ ਰਹੇ ਨੇ, ਲੇਕਿਨ ਮਜ਼ਮੂਨ ਦੇ ਹਿਸਾਬ ਨਾਲ ਉਹ ਅਰਥ ਨਹੀਂ ਫਿੱਟ ਬੈਠਦੇ। ਸੱਚੇ ਤੇਰੇ ਕਰਨੇ ਸਰਬ ਵਿਚਾਰ, ਸਾਰੇ ਹੀ ਤੇਰੇ ਗੁਰਪ੍ਰਸਾਦ ਦੇ ਕਰਕੇ ਹੀ ਬੰਦਗੀ ਵਾਲੇ ਪਾਸੇ ਲੱਗਦੇ ਨੇ। ਸੱਚਾ ਤੇਰਾ ਅਮਰ, ਸੱਚਾ ਦੀਵਾਨ, ਤੇਰੀ ਪਾਤਸ਼ਾਹੀ ਤੇ ਤੇਰਾ ਦਰਬਾਰ ਅਟਲ ਹੈ। ਸੱਚਾ ਤੇਰਾ ਹੁਕਮ, ਸੱਚਾ ਫੁਰਮਾਨ, ਤੇਰੀ ਬਖਸ਼ਿਸ਼ ਤੇ ਪ੍ਰਵਾਨਤਾ, ਪ੍ਰਵਾਨ ਕਰਨ ਦੀ ਸ਼ਕਤੀ ਆਦਿ ਤੋਂ ਹੀ ਹੈ। ਸੱਚਾ ਤੇਰਾ ਹੁਕਮ, ਸੱਚਾ ਫੁਰਮਾਨ, ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ, ਤੇਰਾ ਹੁਕਮ ਤੇਰਾ ਸ਼ਾਹੀ ਫੁਰਮਾਨ ਵੀ ਅਟਲ ਹੈ। ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ, ਤੇਰੀ ਬਖਸ਼ਿਸ਼ ਤੇ ਪ੍ਰਵਾਨਤਾ, ਪ੍ਰਵਾਨ ਕਰਨ ਦੀ ਸ਼ਕਤੀ ਆਦਿ ਤੋਂ ਹੈ। ਸੱਚੇ ਤੁਧ ਆਖੇ ਲੱਖ ਕਰੋੜ, ਬੇਅੰਤ ਜੀਵ ਤੇਰੀ ਹੀ ਇਬਾਦਤ ਕਰਦੇ ਹਨ। ਸੱਚੇ ਸਭ ਤਾਣ, ਸੱਚੇ ਸਭ ਜੋਰ, ਜੋ ਵੀ ਤੇਰੇ ਤੇ ਭਰੋਸਾ ਪ੍ਰਤੀਤ ਕਰਨਗੇ ਉਹ ਸਾਰੇ ਹੀ ਤੇਰੇ ਨਾਲ ਜੁੜਨਗੇ। ਸੱਚੇ ਸਭ ਤਾਣ, ਸੱਚੇ ਸਭ ਜੋਰ, ਜੋ ਵੀ ਤੇਰੇ ਤੇ ਭਰੋਸਾ ਪ੍ਰਤੀਤ ਕਰਨਗੇ ਉਹ ਸਾਰੇ ਤੇਰੇ ਨਾਲ ਜੁੜਨਗੇ। ਸੱਚੀ ਤੇਰੀ ਸਿਫਤ, ਸੱਚੀ ਸਲਾਹ, ਤੇਰੀ ਇਬਾਦਤ ਜਾਂ ਬੰਦਗੀ ਕਰਨੀ ਇੱਕ ਅਟਲ ਸਿਲਸਿਲਾ ਹੈ। ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ, ਹੇ ਵਾਹਿਗੁਰੂ, ਇਹ ਸਾਰੀ ਰਚਨਾ ਤੇਰਾ ਨਾ ਮੁੱਕਣ ਵਾਲਾ ਪ੍ਰਬੰਧ ਹੈ। ਸੱਚੀ ਤੇਰੀ ਕੁਦਰਤ, ਇਹ ਨਾ ਮੁੱਕਣ ਵਾਲਾ ਪ੍ਰਬੰਧ ਹੈ। ਧਰਤੀ ਬਣੀ, ਬਿਨਸੀ, ਫੇਰ ਬਣੀ, ਫੇਰ ਬਿਨਸੀ, ਫੇਰ ਬਣੀ, ਇੱਕ ਨਾ ਮੁੱਕਣ ਵਾਲਾ ਸਿਲਸਿਲਾ ਹੈ। ਨਾਨਕ ਸੱਚ ਧਿਆਇਨ, ਸੱਚ ਜੋ ਮਰ ਜੰਮੇ ਸੋ ਕੱਚ ਨਿਕੱਚ। ਨਾਨਕ ਜੋਤ ਆਖਦੀ ਹੈ, ਜੋ ਅਵਿਨਾਸੀ ਪ੍ਰਭੂ ਨੂੰ ਜਪ ਕੇ ਧਿਆਨ ਵਿੱਚ ਚਲੇ ਜਾਂਦੇ ਹੈ ਉਹ ਵੀ ਰੱਬ ਦਾ ਰੂਪ ਬਣ ਜਾਂਦੇ ਹੈ। ਨਾਨਕ ਸੱਚ ਧਿਆਇਨ, ਸੱਚ ਉਸ ਸੱਚੇ ਪਰਮਾਤਮਾ ਨੂੰ ਸਦਾ ਰਹਿਣ ਵਾਲੇ ਜਿਹਦੀ ਹੋਂਦ ਸਦੀਵ ਸਦੀਵ ਵਸਦੇ ਹੈ, ਜਿਹੜੇ ਉਹਨੂੰ ਧਿਆਉਂਦੇ ਹੈ ਉਹ ਵੀ ਉਹਦਾ ਰੂਪ ਬਣ ਜਾਂਦੇ ਹੈ। ਇਹ ਹੈ ਸਲੋਕ ਦੂਜੀ ਪੌੜੀ ਦੇ ਨਾਲ। ਸਾਰੰਸ਼ ਇੱਕ ਵਾਰੀ ਆਪਾਂ ਸਲੋਕ ਦਾ ਫੇਰ ਗੋ ਥਰੂ ਹੋ ਜਾਂਦੇ ਹਾਂ। ਬ੍ਰਹਿਮੰਡ ਸਾਰੇ ਖੰਡ ਪ੍ਰਭੂ ਦੇ ਰਚੇ ਹੋਏ ਨੇ। ਲੋਹਾਂ ਪੁਰੀਆਂ ਦ੍ਰਿਸ਼ਟਮਾਨ ਪਦਾਰਥ ਸਭ ਪ੍ਰਭੂ ਦੀ ਕਿਰਤ ਹੈ। ਉਸ ਅਕਾਲ ਪੁਰਖ ਦੀ ਕਿਰਪਾ ਨਾਲ ਹੀ ਸਾਰੇ ਬੰਦਗੀ ਵਾਲੇ ਪਾਸੇ ਲੱਗਦੇ ਹੈ। ਉਸ ਅਕਾਲ ਪੁਰਖ ਦੀ ਪਾਤਸ਼ਾਹੀ, ਉਸ ਦਾ ਦਰਬਾਰ ਅਟਲ ਹੈ। ਉਸ ਕਰਤੇ ਪੁਰਖ ਦੀ ਬਖਸ਼ਿਸ਼, ਉਹਦੀ ਪ੍ਰਵਾਨ ਕਰਨ ਦੀ ਸ਼ਕਤੀ ਆਦਿ ਤੋਂ ਹੀ ਹੈ। ਉਹਦਾ ਹੁਕਮ, ਉਹਦਾ ਫੁਰਮਾਨ ਵੀ ਅਟਲ ਹੈ। ਬੇਅੰਤ ਜੀਵ ਉਸ ਕਰਤੇ ਪੁਰਖ ਦੀ ਇਬਾਦਤ ਕਰਦੇ ਹੈ। ਜੋ ਵੀ ਉਸ ਕਰਤੇ ਪੁਰਖ ਤੇ ਭਰੋਸਾ ਪ੍ਰਤੀਤ ਕਰੇਗਾ ਉਹ ਉਸ ਦੇ ਨਾਲ ਜੁੜੇਗਾ। ਇਹ ਬੰਦਗੀ ਕਰਨੀ ਇੱਕ ਅਟਲ ਸਿਲਸਿਲਾ ਹੈ, ਸਦਾ ਸਦਾ ਵਾਸਤੇ। ਤਾਈਓ ਦਿਨ ਰਾਤ ਨਾਮ ਜਪਣ ਲਈ ਕਿਹਾ, ਤਾਈਓ ਅੱਠੋ ਪਹਿਰ ਨਾਮ ਜਪਣ ਲਈ ਕਿਹਾ।
ਇਹ ਕਰਤੇ ਪੁਰਖ ਦੀ ਰਚਨਾ ਵੀ ਨਾ ਮੁੱਕਣ ਵਾਲਾ ਪ੍ਰਬੰਧ ਹੈ। ਕਰਤੇ ਪੁਰਖ ਦੀ ਰਚਨਾ ਵੀ ਨਾ ਮੁੱਕਣ ਵਾਲਾ ਪ੍ਰਬੰਧ ਹੈ। ਨਾਨਕ ਜੋਤ ਅਖੀਰ ਤੇ ਕਹਿੰਦੀ ਹੈ ਕਿ ਜੋ ਉਸ ਅਵਿਨਾਸੀ ਪ੍ਰਭੂ ਦੇ ਨਾਮ ਵਿੱਚ ਜੁੜਨਗੇ, ਧਿਆਨ ਵਿੱਚ ਚਲੇ ਜਾਂਦੇ ਜਾਣਗੇ, ਉਹ ਉਸ ਦਾ ਰੂਪ ਹੀ ਹੋ ਜਾਣਗੇ। ਪਰ ਜੋ ਜਨਮ ਮਰਨ ਦੇ ਗੇੜ ਵਿੱਚ ਨੇ, ਉਹ ਭਗਤੀ ਪੱਖੋਂ ਬਿਲਕੁਲ ਕੱਚੇ ਨੇ। ਜਿਹੜੇ ਜਨਮ ਮਰਨ ਦੇ ਗੇੜ 'ਚ ਨੇ, ਉਹਨਾਂ ਦੀ ਭਗਤੀ ਹਲੇ ਪ੍ਰਵਾਨ ਨਹੀਂ ਹੋਈ, ਕੰਪਲੀਟ ਨਹੀਂ ਹੋਈ, ਕਿਉਂਕਿ ਉਹ ਜਨਮ ਮਰਨ ਦੇ ਗੇੜ ਵਿੱਚ ਨੇ, ਉਹ ਭਗਤੀ ਪੱਖੋਂ ਬਿਲਕੁਲ ਕੱਚੇ ਹਨ। ਦੈਟਸ ਇਟ। ਇੱਥੇ ਸਲੋਕ ਪਹਿਲਾ ਖਤਮ ਹੋ ਰਿਹਾ। ਅੱਗੇ ਤੁਰਦੇ ਹਾਂ, ਮਹੱਲਾ ਪਹਿਲਾ। ਵੱਡੀ ਵਡਿਆਈ ਜਾਂ ਵੱਡਾ ਨਾਉ। ਜਿਸ ਪ੍ਰਭੂ ਦਾ ਰਚਿਆ ਨਾਉ ਸਰਬ ਸ੍ਰੇਸ਼ਟ ਹੈ, ਉਸ ਦੀ ਸਿਫਤ ਨਹੀਂ ਕੀਤੀ ਜਾ ਸਕਦੀ। ਗ੍ਰੇਟਨੈਸ, ਵੱਡੀ ਵਡਿਆਈ, ਜਿਹਦਾ ਨਾਮ ਹੀ ਇੰਨਾ ਵੱਡਾ ਹੈ, ਉਸ ਦੀ ਵਡਿਆਈ ਨਹੀਂ ਕੀਤੀ ਜਾ ਸਕਦੀ, ਉਸ ਦੀ ਸਿਫਤ ਨਹੀਂ ਕੀਤੀ ਜਾ ਸਕਦੀ। ਵੱਡੀ ਵਡਿਆਈ ਜਾਂ ਸੱਚ ਨਿਆਂ। ਇੱਕ ਵੱਡਾ ਗੁਣ ਉਹਦਾ ਇਹ ਵੀ ਹੈ ਕਿ ਉਹਦਾ ਫੈਸਲਾ ਅਟਲ ਹੈ। ਵੱਡੀ ਵਡਿਆਈ ਜਾਂ ਨਿਚਲ ਥਾਉ, ਉਹਦੀ ਇੱਕ ਵੱਡੀ ਸਿਫਤ ਇਹ ਵੀ ਹੈ ਕਿ ਉਹਦਾ ਆਸਣ ਅਡੋਲ ਹੈ। ਵੱਡੀ ਵਡਿਆਈ ਜਾਣੈ ਆ ਲਾਓ, ਉਹਦਾ ਆਸਣ ਆਦ ਤੋਂ ਅਡੋਲ ਹੈ। ਤੇ ਉਹ ਬੰਦਗੀ ਕਰਨ ਵਾਲਿਆਂ ਨੂੰ ਜਾਣਦਾ ਹੈ ਤੇ ਉਹਨਾਂ ਦਾ ਮੁੱਲ ਪਾਉਂਦਾ ਹੈ। ਵੱਡੀ ਵਡਿਆਈ ਬੁੱਝੈ ਸਭ ਪਾਉ, ਪ੍ਰਭੂ ਦਾ ਇਹ ਵੀ ਗੁਣ ਹੈ ਕਿ ਉਹ ਸਾਰਿਆਂ ਨੂੰ ਪ੍ਰੇਮਾ ਭਗਤੀ ਕਰਨ ਦੀ ਸੋਝੀ ਪਾਉਂਦਾ ਹੈ। ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਪ੍ਰਭੂ ਦੀ ਇਹ ਇੱਕ ਉੱਚੀ ਸਿਫਤ ਹੈ ਕਿ ਉਹ ਦਾਤਾਂ ਦੇਣ ਲੱਗਿਆਂ ਉਸਨੂੰ ਕਿਸੇ ਦੀ ਸਲਾਹ ਦੀ ਲੋੜ ਨਹੀਂ, ਕਿਸੇ ਨੂੰ ਪੁੱਛਦਾ ਨਹੀਂ ਆ। ਵੱਡੀ ਵਡਿਆਈ ਜਾਂ ਆਪੇ ਆਪ, ਪ੍ਰਭੂ ਦਾ ਇਹ ਵੀ ਵੱਡਾ ਗੁਣ ਹੈ ਕਿ ਉਹ ਸੈ ਭੰਗ ਹੈ, ਉਹ ਆਪਣੇ ਆਪ ਤੋਂ ਬਣਿਆ, ਉਸ ਵਰਗਾ ਹੋਰ ਕੋਈ ਹੈ ਹੀ ਨਹੀਂ। ਨਾਨਕ ਕਾਰਨ ਕਥਨੀ ਜਾਏ, ਕੀਤਾ ਕਰਨਾ ਸਰਬ ਰਜਾਏ। ਨਾਨਕ ਜੋਤ ਆਖਦੀ ਹੈ, ਰੱਬ ਦੇ ਕ੍ਰਿਸ਼ਮੇ ਬਿਆਨ ਨਹੀਂ ਕੀਤੇ ਜਾ ਸਕਦੇ। ਪ੍ਰਭੂ ਨੇ ਆਪਣੀ ਮਰਜ਼ੀ ਦੇ ਨਾਲ ਜਗਤ ਸਿਰਜਿਆ। ਨਾਨਕ ਕਾਰਨ ਕਥਨੀ ਜਾਏ, ਕੀਤਾ ਕਰਨਾ ਸਰਬ ਰਜਾਏ। ਸਾਰੀ ਰਚਨਾ ਉਸਨੇ ਆਪਣੇ ਹੁਕਮ, ਆਪਣੀ ਮਰਜ਼ੀ ਦੇ ਅਨੁਸਾਰ ਕੀਤੀ। ਇੱਕ ਵਾਰੀ ਫਿਰ ਇਸ ਲੋਕ ਆਪਾਂ ਸਮਰਾਈਜ਼ ਕਰ ਲਈਏ। ਅਕਾਲ ਪੁਰਖ ਦਾ ਨਾਮ ਇੰਨਾ ਸਰਵ ਸ੍ਰੇਸ਼ਟ ਹੈ ਕਿ ਉਹਦੀ ਸਿਫਤ ਨਹੀਂ ਕੀਤੀ ਜਾ ਸਕਦੀ, ਉਹਦਾ ਫੈਸਲਾ ਅਟਲ ਹੈ, ਉਹਦਾ ਆਸਣ ਅਡੋਲ ਹੈ, ਉਹ ਬੰਦਗੀ ਕਰਨ ਵਾਲਿਆਂ ਨੂੰ ਜਾਣਦਾ ਹੈ ਤੇ ਉਹਨਾਂ ਦਾ ਮੁੱਲ ਪਾਉਂਦਾ ਹੈ, ਉਹ ਸਾਰਿਆਂ ਨੂੰ ਪ੍ਰੇਮਾ ਭਗਤੀ ਕਰਨ ਦੀ ਸੋਝੀ ਪਾਉਂਦਾ ਹੈ, ਉਹ ਦਾਤਾਂ ਦੇਣ ਲੱਗਿਆਂ ਕਿਸੇ ਦੀ ਸਲਾਹ ਨਹੀਂ ਲੈਂਦਾ, ਉਹ ਸੈ ਭੰਗ ਹੈ, ਆਪਣੇ ਆਪ ਤੋਂ ਸੈਲਫ ਡਿਜ਼ਾਈਨਡ ਹੈ। ਨਾਨਕ ਜੋਤ ਕਹਿੰਦੀ ਹੈ ਕਿ ਰੱਬ ਦੇ ਕ੍ਰਿਸ਼ਮੇ ਬਿਆਨ ਨਹੀਂ ਕੀਤੇ ਜਾ ਸਕਦੇ, ਪ੍ਰਭੂ ਨੇ ਆਪਣੀ ਮਰਜ਼ੀ ਨਾਲ ਜਗਤ ਸਿਰਜਿਆ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਇਸ ਦੇ ਇਰਦ ਗਿਰਦ
सारा ज्ञान घूमना है। अगे चलिए, महला दूजा। ए जग सच्चे की है कोठड़ी सच्चे का विचवास। किता करना सर्व रजाई, इथे श्लोक मुक रहा है। और आप इथे क्या है कि प्रभु ने अपनी मर्जी नाल जगत सिरजिया है, हुण भी ते अगे भी रब की मर्जी ही चलेगी। इहदा मतलब यह भी है कि हुण भी प्रेजेंट भी ते फ्यूचर विच भी उहदा हुक्म उसे तरह वरतेगा। अगे चलिए, महला दूजा। ये जग सच्चे की है कोठड़ी सच्चे का विश्वास। ये सारा जग उस करते पुरख की रचना है ते करता पुरख आप इत्थे वस रहा है, उहदा वासा भी इत्थे है। इसे करके परमात्मा नूं सर्वव्यापी कहिंदे ने। इक ना हुक्म समाए ले, एक ना हुक्मे करे विनाश। एक प्रभु दे भाणे हुक्म दे विच बंदगी करके रब नाल एकमिक हो जांदे है, दूजे मनमुख मायाधारी होण करके अपना जीवन तबाह कर लैंदे है, विनाश कर लैंदे है अपने मौके दा, मानस जन्म दा। एक ना हुक्मे समाए ले, एक ना हुक्मे करे विनाश। हलंत है नन्हे दे थले जिहड़ा लाइन नजर आ रही है, एक ना दोनों अखरां दे, ये हलंत है, हाहा बुलाउणा है। एक ना हुक्मे समाए लए, एक ना हुक्मे करे विनाश। एक प्रभु दे भाणे हुक्म दे विच बंदगी करके, इबादत करके, भगती करके करते पुरख नाल एकमिक हो जांदे है, दूजे मनमुख मायाधारी अपना जीवन तबाह कर लेंदे ने। एक ना भाणे कढ लए, एक ना माया विच विनाश निवास। एक ना नूं ओ अपनी रजा दे अनुसार माया चो कढ लेंदा है ते कईयां दा वासा उहदे विच रहिंदा है, उह वी उहदे पाणी अंदर है, उहदी खेल है। लेकिन इह वी अटल सच्चाई है कि जिहड़े उहदी भगती करदे है, इबादत करदे है, उहनां नूं उह अपना रूप बना लैंदा है। नानक सच ध्यान सच। जो उस अविनाशी प्रभु नूं जपदे ने ते आउंदे ने, उहदा रूप बन जांदा। इक ना भाणे कढ लए, इक ना माया विच निवास। एव पे आख ना जापई जे किसे आने रास। ए भी क्या नहीं जा सकदा कि रब दा भाणा किस दा बेड़ा पार करदा है। नानक गुरमुखे जानिए जाको आप करे प्रगास। नानक जोत कहती है कि गुरमुख सिस्टम दे राही बंदगी करके सोझी ज्ञान आउंदा है ते अंतरमुखी प्रभ दा प्रकाश हो जाता है। बलिहारी कुदरत वस्या। असी सियाणपां चतराइयां छड के कंप्लीट सरेंडर करके इबादत करनी है उस अकाल पुरख अगे, तां अंतरमुखी नाम दा प्रकाश गुरप्रसाद दे जरिए साडे अंदर होना। बलिहारी कुदरत वस्या।
ਤੇਰਾ ਅੰਤ ਨਾ ਜਾਈ, ਪਰ ਫਿਰ ਵੀ ਪ੍ਰਭੂ ਦੀ ਵਿਸ਼ਾਲਤਾ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਇੱਥੇ ਵੀ ਉਹੀ ਸੇਮ ਗੱਲ ਹੈ, ਇਹ ਗੱਲ ਕਹੀ ਨਹੀਂ ਜਾ ਸਕਦੀ ਕਿ ਉਹ ਕਿਸ ਦਾ ਬੇੜਾ ਪਾਰ ਕਰਦਾ ਹੈ। ਗੁਰਮੁਖ ਸਿਸਟਮ ਦੇ ਰਾਹੀਂ, ਗੁਰਮੁਖ ਪ੍ਰਣਾਲੀ ਦੇ ਰਾਹੀਂ, ਗੁਰਮੁਖ ਪ੍ਰਣਾਲੀ ਕੀ ਹੈ? ਇੱਕ ਅਕਾਲ ਪੁਰਖ ਤੇ ਭਰੋਸਾ, ਇੱਕ ਅਕਾਲ ਪੁਰਖ ਨੂੰ ਮੰਨਣਾ, ਇੱਕ ਅਕਾਲ ਪੁਰਖ ਦੀ ਇਬਾਦਤ ਭਗਤੀ, ਇੱਕ ਅਕਾਲ ਪੁਰਖ ਨਾਲ ਕਮਿਟਮੈਂਟ। ਇਸ ਪ੍ਰਣਾਲੀ ਰਾਹੀਂ ਬੰਦਗੀ ਕਰਕੇ ਗਿਆਨ ਆਉਂਦਾ ਹੈ ਤੇ ਅੰਤਰਮੁਖੀ ਪ੍ਰਭੂ ਦਾ ਪ੍ਰਕਾਸ਼ ਹੋ ਜਾਂਦਾ। ਨਾਨਕ ਗੁਰਮੁਖੇ ਜਾਣੀਐ ਜਾ ਕੋ ਆਪੇ ਕਰੇ ਪ੍ਰਗਾਸ, ਉਹਦੇ ਗੁਰਪ੍ਰਸਾਦ ਦੇ ਨਾਲ ਹੀ ਪ੍ਰਕਾਸ਼ ਕਰਨਾ ਆਉਂਦਾ। ਅੱਗੇ ਚਲੀਏ, ਅੱਗੇ ਹੈ ਪੌੜੀ। ਨਾਨਕ ਜੀ ਉਪਾਏ ਕਹਿ ਲਿਖ ਨਾਵੇਂ ਧਰਮ ਬਹਾਲਿਆ। ਨਾਨਕ ਜੋਤ ਪਹਿਲਾਂ ਹੀ ਸ਼ੁਰੂ ਚ ਪੌੜੀ ਦੇ ਵਿੱਚ ਨਾਨਕ ਜੋਤ ਕੀ ਕਹਿੰਦੀ ਹੈ? ਕਰਤਾ ਪੁਰਖ ਜੀਵਾਂ ਨੂੰ ਪੈਦਾ ਕਰਕੇ ਉਹਨਾਂ ਦੇ ਕਰਮਾਂ ਦਾ ਲੇਖਾ ਜੋਖਾ ਕਰਨ ਲਈ ਧਰਮਰਾਜ ਮੁਕਰਰ ਕਰ ਦਿੰਦਾ ਹੈ। ਜੀ ਬਣਾਤੇ ਉਹਨੇ ਤੇ ਉਹਨਾਂ ਜੀਆਂ ਦੇ ਫੈਸਲੇ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਜੀ ਉਪਾ ਦਿੱਤੇ ਤੇ ਉਹਨਾਂ ਦੇ ਕਰਮਾਂ ਦਾ ਲੇਖਾ ਜੋਖਾ ਕਰਨ ਲਈ ਧਰਮਰਾਜ ਵੀ ਮੁਕਰਰ ਕਰ ਦਿੱਤਾ, ਬਿਠਾਲਤਾ। ਉੱਥੇ ਸੱਚੇ ਹੀ ਸੱਚ ਨਿਬੜੈ ਚੁਣ ਵੱਖ ਕੱਢੇ ਜਜਮਾਲਿਆ। ਹੁਣ ਇਹ ਧਰਮਰਾਜ ਦੀ ਜਿਹੜੀ ਕਚਹਿਰੀ ਹੈ ਉਹਦੇ ਵਿੱਚ ਕਰਮਾਂ ਦਾ ਨਿਬੇੜਾ ਇਉਂ ਹੁੰਦਾ ਹੈ ਕਿ ਜਿਹਦੇ ਪੱਲੇ ਨਾਮ ਹੈ ਉਸਨੂੰ ਆਦਰ, ਤੇ ਵਿਸ਼ੇ ਲੋਕਾਂ ਨੂੰ ਚੁਣ ਚੁਣ ਕੇ ਵੱਖ ਕਰ ਦਿੱਤਾ ਜਾਂਦਾ ਹੈ। ਜਿਹਦੇ ਪੱਲੇ ਸੱਚ ਹੈ, ਨਾਮ ਦੀ ਕਮਾਈ ਹੈ, ਸ਼ਬਦ ਦਾ ਅਭਿਆਸ ਹੈ, ਉਹਨਾਂ ਨੂੰ ਆਦਰ ਮਿਲਦਾ ਤੇ ਮੰਦ ਕਰਮੀ ਜੀਵ ਚੁਣ ਚੁਣ ਕੇ ਵੱਖਰੇ ਕੀਤੇ ਜਾਂਦੇ ਆ। ਜਿੱਦਾਂ ਆਪਾਂ ਪਿਛਲੀ ਪੌੜੀ ਦੇ ਵਿੱਚ ਸਲੋਕਾਂ ਦੇ ਨਾਲ ਵਿਚਾਰ ਕੀਤੀ ਸੀ ਕਿ ਉਹ ਬੂਟਾ ਜ਼ਿਮੀਂਦਾਰ ਵੱਢਦਾ ਹੀ ਨਹੀਂ, ਉਹਦੇ ਤੇ ਟਾਈਮ ਹੀ ਨਹੀਂ ਵੇਸਟ ਕਰਦਾ। ਸੋ ਇੱਥੇ ਉਹ ਸੇਮ ਕਨਸੈਪਟ ਹੈ, ਉੱਥੇ ਸੱਚੇ ਹੀ ਸੱਚ ਨਿਬੜੇ ਚੁਣ ਵੱਖ ਕੱਢੇ ਜਜਮਾਲਿਆ। ਜਿਹੜੇ ਮੰਦ ਕਰਮੀ ਲੋਕ ਹੋਣਗੇ ਉਹਨਾਂ ਨੂੰ ਕੱਢ ਕੇ ਇੱਕ ਪਾਸੇ ਕਰ ਦਿੱਤਾ ਜਾਓ। ਆਉ ਨ ਪਾਇਨ ਕੂੜ ਯਾਰ ਮੂੰਹ ਕਾਲੈ ਦੋਜ਼ਕ ਚਾਲਿਆ। ਕੂੜ ਤੇ ਠੱਗੀ ਕਰਨ ਵਾਲੇ ਜੀਵਾਂ ਦਾ ਉੱਥੇ ਕੋਈ ਟਿਕਾਣਾ ਨਹੀਂ, ਉਹਨਾਂ ਦਾ ਮੂੰਹ ਕਾਲਾ ਕਰਕੇ ਉਹਨਾਂ ਨੂੰ ਦੋਜ਼ਖ ਵਿੱਚ ਧੱਕ ਦਿੱਤਾ ਜਾਂਦਾ ਹੈ। ਤੇਰੇ ਨਾਏ ਰੱਤੇ ਸਿਜਣਗੇ, ਰੱਤੇ ਦਾ ਮਤਲਬ ਹੁੰਦਾ ਹੈ ਕਿ ਇੱਕ ਮਿਕ ਹੋ ਜਾਣਾ, ਇੱਕ ਰੰਗ ਇੱਕ ਰੱਤਾ, ਇਹ ਲਫ਼ਜ਼ ਇਕੱਠੇ ਆਉਂਦੇ ਨੇ, ਰੰਗ ਰੱਤਾ ਮੇਰਾ ਸਾਹਿਬ। ਇੱਕ ਉਹਦੇ ਨਾਮ ਦੇ ਰੰਗ ਵਿੱਚ ਰੰਗੇ ਜਾਣਾ, ਰੱਤੇ ਜਾਣਾ, ਇੱਕ ਮਿੱਕ ਹੋ ਜਾਣਾ, ਕੋਈ ਵਾਪਸੀ ਨਹੀਂ ਫਿਰ ਉੱਥੋਂ। ਜੋ ਬੰਦੇ ਨਾਮ ਨਾਲ ਰੱਤੇ ਪਏ ਨੇ ਉਹ ਜੀਵਨ ਦੀ ਬਾਜ਼ੀ ਜਿੱਤ ਕੇ ਜਾਂਦੇ ਹੈ ਤੇ ਠੱਗ ਠੌਰ ਬਾਜ਼ੀ ਹਾਰ ਕੇ ਜਾਂਦੇ ਹੈ। ਤੇਰੇ ਨਾਏ ਰੱਤੇ ਸੇ ਜਿਣ ਗਏ, ਜਿੱਤ ਗਏ,
ਜਿਣ ਗਏ ਜਿੱਤ ਗਏ, ਹਾਰ ਗਏ ਸੇ ਠੱਗਣ ਵਾਲਿਆ। ਠੱਗ ਠੋਰ ਜਿਹੜੇ ਹੈ ਉਹ ਇਹ ਮਨੁੱਖਾ ਜਨਮ ਹਾਰ ਕੇ ਜਾਂਦੇ। ਲਿਖ ਨਾਵੇਂ ਧਰਮ ਬਹਾਲਿਆ, ਧਰਮ ਰਾਜ ਜੀਵਾਂ ਦਾ ਲੇਖਾ ਜੋਖਾ ਕਰਨ ਲਈ ਹੀ ਰੱਖਿਆ ਹੋਇਆ ਹੈ, ਲੇਖਾ ਜੋਖਾ ਕਰਨ ਵਾਸਤੇ ਹੀ ਮੁਕਰਰ ਕੀਤਾ ਹੋਇਆ ਹੈ। ਇਹ ਹੈ ਦੂਸਰੀ ਪੌੜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।